ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ। ਮੈਂ ਸ਼ਫਕਤ ਆਵਾਨ, ਅੱਜ ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਕਰਾਂਗਾ ਯੂਟਿਊਬ ਦੇ ਬਾਰੇ 'ਚ ਨਾ ਜੀ। ਤੁਹਾਨੂੰ ਪਤਾ ਜਿਵੇਂ ਮੇਰਾ ਵੀ ਇੱਕ ਯੂਟਿਊਬ ਚੈਨਲ ਹੈਗਾ ਵੀ ਪਾਰਟੀਸ਼ਨ 'ਤੇ ਮੈਂ ਸਟੋਰੀਜ਼ ਕਰਦਾ ਜਾਂ ਕੋਈ ਚੱਲਦਾ ਫਿਰਦਾ, ਜਦੋਂ ਕੋਈ ਮੈਨੂੰ ਕੋਈ ਚੀਜ਼ ਚੰਗੀ ਲੱਗੇ ਅਤੇ ਮੈਂ ਉਹਦੀ ਵੀਡੀਓ ਬਣਾ ਲੈਂਦਾ ਜਾਂ ਮੈਂ ਬੈਠ ਕੇ ਕੋਈ ਥੋੜ੍ਹਾ ਬਹੁਤ ਤੁਹਾਡੇ ਨਾਲ ਗੱਲਬਾਤ ਕਰ ਲੈਂਦਾ ਹੈਗਾ। ਅਤੇ ਮੈਂ ਅੱਜ ਪਿਓਰਲੀ ਇਹਦੇ ਬਾਰੇ 'ਚ ਹੀ ਖਾਲਸ ਕਿਹੜਾ ਨਾ ਜੀ ਯੂਟਿਊਬ ਦੇ ਬਾਰੇ 'ਚ ਕੋਈ ਤੁਹਾਡੇ ਨਾਲ ਗੱਲ ਕਰਾਂਗਾ। ਅਤੇ ਹੋ ਸਕਦਾ ਤੁਹਾਡੇ 'ਚੋਂ ਕੋਈ ਮੈਨੂੰ ਗਾਈਡ ਕਰ ਦੇਵੇ। ਮੈਂ ਇਸੇ ਤਰ੍ਹਾਂ ਯੂਟਿਊਬ ਚੈਨਲ ਬਣਾਇਆ, ਚੈਨਲ ਮੇਰਾ ਜੀ 31 ਦਸੰਬਰ 2023 ਨੂੰ ਮੋਨੀਟਾਈਜ਼ ਹੋ ਗਿਆ। ਮੈਸੇਜ ਆਇਆ ਉਹਨਾਂ ਵੱਲੋਂ, ਇੱਕ ਕੋਡ ਆਇਆ, ਉਹ ਮੈਂ ਕੋਡ ਦਿੱਤਾ। ਖੈਰ ਉਹ ਅਗਲੇ ਦਿਨ ਕਿਹੜਾ ਨਾ ਜੀ 31 ਦਸੰਬਰ ਨੂੰ ਹੀ ਐਡ ਆਉਣੀ ਸ਼ੁਰੂ ਹੋ ਗਈ, ਮੋਨੀਟਾਈਜ਼ ਹੋ ਗਿਆ ਚੈਨਲ। ਅੱਛਾ, ਮੈਨੂੰ ਕੋਈ ਮੈਸੇਜ ਕੋਈ ਕੁਛ ਨਹੀਂ ਆਇਆ ਉਹਨਾਂ ਵੱਲੋਂ। ਇੱਕ ਮੈਸੇਜ ਆਇਆ ਜੀ, ਤੁਸੀਂ ਆਪਣਾ ਜਿਹੜਾ ਐਡਰੈਸ ਹੈਗਾ ਨਾ ਜੀ ਉਹ ਦਿਓ। ਐਡਰੈਸ ਦੇ ਕੀ ਹੈ ਜੀ? ਤੁਸੀਂ ਆਪਣਾ ਸ਼ਨਾਖਤੀ ਕਾਰਡ, NIC। ਅੱਛਾ, ਫਿਰ ਆਪਣਾ ਤੁਹਾਡਾ ਕਿਹੜਾ ਕੋਈ ਡਰਾਈਵਿੰਗ ਲਾਇਸੈਂਸ ਵਗੈਰਾ ਮੰਗਿਆ, ਫਿਰ ਮੇਰਾ ਪ੍ਰੋਫੈਸ਼ਨ ਕਿਹੜਾ ਤੁਹਾਡਾ ਕਿਹੜਾ ਹੈਗਾ ਜੀ ਉਹ ਆਪਣਾ ਤੁਸੀਂ ਕਾਰਡ। ਮੈਂ ਆਪਣੀ ਬਾਹਰ ਦਾ ਪੰਜਾਬ ਬਾਰ ਕੌਂਸਲ ਨੇ ਜਿਹੜਾ ਸਾਨੂੰ ਇਸ਼ੂ ਕੀਤਾ ਹੋਇਆ, ਉਹ ਲਾਇਸੈਂਸ ਕਹਿ ਲਓ ਜਾਂ ਅਸੀਂ ਲਾਇਸੈਂਸ ਕਹਿੰਦੇ, ਲੋਕ ਉਹਨੂੰ ਕਾਰਡ ਕਹਿ ਦੇਣਗੇ। ਅੱਛਾ, ਉਹ ਮੈਂ ਕਿਹੜਾ ਆਪਣਾ ਆਫਿਸ ਦਾ ਐਡਰੈਸ ਪਲੱਸ ਮੈਂ ਆਪਣਾ ਕਿੱਥੇ ਰਹਿੰਦਾ ਵਾਂ, ਮੇਰਾ ਪਿੰਡ ਦਾ ਕਿਹੜਾ ਐਡਰੈਸ ਹੈਗਾ ਵੇ, ਉਹ ਮੈਂ ਉਹਨਾਂ ਨੂੰ ਕਰ ਦਿੱਤਾ ਜੀ, ਯੂਟਿਊਬ ਨੂੰ ਸੈਂਡ ਕਰਤਾ ਜਾਂ ਮੇਲ ਕਰ ਦਿੱਤਾ। ਅੱਛਾ, ਉਹ 5 ਮਹੀਨੇ ਕੰਮ ਚੱਲਦਾ ਰਿਹਾ। ਹਾਂਜੀ, 8 ਜੂਨ ਨੂੰ ਕਿਹੜਾ ਨਾ ਜੀ, 8 ਜੂਨ ਤੋਂ ਕੋਈ ਹਫ਼ਤਾ ਕੁ ਪਹਿਲੇ ਆਇਆ ਜੀ, ਅਗਰ ਤੁਹਾਡਾ ਐਡਰੈਸ ਉਹ ਦੂਸਰਾ ਪਿੰਨ ਤੁਹਾਨੂੰ ਨਹੀਂ ਰਿਸੀਵ ਹੁੰਦੀ ਤਾਂ ਅਸੀਂ ਕਿਹੜਾ ਨਾ ਜੀ ਤੁਹਾਡੀ ਐਡ ਬੰਦ ਹੋ ਜਾਣੀ ਆ 8 ਜੂਨ ਤੋਂ। 8 ਜੂਨ ਨੂੰ ਐਡ ਬੰਦ ਹੋ ਗਈਆਂ ਜੀ। ਮੈਂ ਉਹ ਐਡਰੈਸ ਕਿਹੜਾ ਵੇ ਉਹ ਫਿਰ ਰੀਸੈਂਡ ਕੀਤਾ ਉਹਨੂੰ ਯੂਟਿਊਬ ਨੂੰ, ਕੋਈ ਮੇਲ ਵੀ ਕੀਤੀ, ਉਹਨਾਂ ਵੱਲੋਂ ਮੈਨੂੰ ਕੋਈ ਜਵਾਬ ਨਹੀਂ ਆਇਆ। ਅਤੇ ਫਿਰ 26 ਜੂਨ ਨੂੰ ਯੂਟਿਊਬ ਵੱਲੋਂ ਮੈਨੂੰ ਮੇਲ ਆਈ ਕਿ ਜੀ ਅਸੀਂ ਕਿਹੜਾ ਨਾ ਤੁਹਾਡਾ ਕਿਹੜਾ ਪਿੰਨ ਕੋਡ ਹੈਗਾ ਵੇ ਉਹ ਕਰ ਦਿੱਤਾ ਵੇ, ਤੁਹਾਨੂੰ ਮੇਲ ਕਰਤਾ, ਤੁਸੀਂ ਆਪਣੇ ਪੋਸਟ ਆਫਿਸ ਕਿਹੜਾ ਹੈਗਾ ਉੱਥੋਂ ਜਾ ਕੇ ਪਤਾ ਕਰੋ। ਉਹ ਮੈਂ GPO ਕਾੜਾ ਕਿਹੜਾ ਹੈਗਾ ਉੱਥੇ ਗਿਆ ਵਾਂ ਪੋਸਟ ਮਾਸਟਰ ਕੋਲ ਅਤੇ ਉਹਨਾਂ ਨੂੰ ਪੁੱਛਿਆ। ਉਹ ਕਹਿੰਦੇ ਜੀ ਕਿ ਪਹਿਲੀ ਗੱਲ ਤਾਂ ਹੈ ਕਿ ਹੁਣ ਸਾਡੇ ਕੋਲ ਯੂਟਿਊਬ ਦੇ ਕਿਹੜੇ ਗੂਗਲ ਪਿੰਨ ਕਹਿ ਲਓ ਜਾਂ ਉਹ ਜੋ ਵੀ ਉਹਨੂੰ ਤੁਸੀਂ ਕਹਿੰਦੇ ਹੈਗੇ ਹੋ ਉਹ ਨਹੀਂ, ਸਾਡੇ ਕੋਲ ਨਹੀਂ ਆਉਂਦਾ, ਬਲਕਿ TCS ਦੇ ਡਿਲੀਵਰ ਕਰਦਾ। ਹੁਣ ਮੈਂ TCS ਦੇ ਆਫਿਸ ਗਿਆ, ਉੱਥੋਂ ਪਤਾ ਕੀਤਾ। ਉਹ ਕਹਿੰਦੇ ਜੀ ਸਾਡੇ ਕੋਲ ਅਜੇ ਤਾਂ ਨਹੀਂ ਆਇਆ, ਤੁਸੀਂ ਟਰੈਕਿੰਗ ਨੰਬਰ ਕੋਈ ਦਿਓ। ਹੁਣ ਕਿਹੜਾ ਯੂਟਿਊਬ ਵਾਲੇ ਨੇ ਉਹ ਟਰੈਕਿੰਗ ਨੰਬਰ ਨਹੀਂ ਦਿੰਦੇ ਹੈਗੇ, ਉਹ ਮੇਰੇ ਕੋਲ ਟਰੈਕਿੰਗ ਨੰਬਰ ਨਹੀਂ ਸੀ ਹੈਗਾ। ਖੈਰ ਮੈਂ ਉਹ ਕਿਉਂਕਿ ਛੋਟਾ ਸ਼ਹਿਰ ਹੈਗਾ, ਉਹ ਮੈਂ ਉਹਨਾਂ ਨੂੰ ਕਿਹਾ ਜੀ ਕਿ ਤੁਹਾਡੇ ਕਿਹੜੇ ਹੈ ਵੇ ਡਿਲੀਵਰੀ ਬੋਆਏ ਕਿਹੜਾ ਵੇ ਉਹ ਕੌਣ ਹੈਗਾ, ਉਹਦਾ ਮੈਂ ਨੰਬਰ ਲੈ ਲਿਆ। ਮੈਂ ਆਪਣੇ ਪਿੰਡ 'ਚ ਕਿਹੜੇ ਉੱਥੇ ਡਿਲੀਵਰ ਕਰਦਾ ਵੇ ਬੰਦਾ, ਉਹਦਾ ਵੀ ਨੰਬਰ ਲੈ ਲਿਆ। ਉਹ ਮੈਂ ਹੁਣ ਤੁਸੀਂ ਦੇਖ ਲਓ ਜੀ ਕਿ 26 ਜੂਨ ਤੋਂ ਅੱਜ ਕਿਹੜਾ ਵੇ 9 ਜੁਲਾਈ ਹੋ ਗਈ, 14-15 ਦਿਨ ਹੋ ਗਏ, 2 ਹਫ਼ਤੇ ਹੋ ਗਏ। ਉਹ ਮੈਂ ਰੋਜ਼ਾਨਾ ਹੀ ਉਹਨਾਂ ਕੋਲੋਂ ਪੁੱਛਦਾ ਵਾਂ ਡਿਲੀਵਰੀ ਬੋਆਇਜ਼ ਕਿਹੜੇ ਨੇ, ਉਹ ਕਹਿੰਦੇ ਜੀ ਅਜੇ ਨਹੀਂ ਆਇਆ ਜੀ, ਆਵਾਨ ਸਾਹਿਬ ਕਦੋਂ ਆਏਗਾ, ਤੁਹਾਡਾ ਪਤਾ ਚੱਲ ਗਿਆ ਸਾਨੂੰ, ਚੈਂਬਰ ਦਾ ਨੰਬਰ ਵੀ ਘਰ ਦਾ ਵੀ, ਅਤੇ ਉਹ ਕਿਹੜਾ ਪਿੰਡ ਵਾਲਾ ਵੇ ਉਹ ਕਹਿੰਦਾ ਜੀ ਮੈਂ ਉੱਥੇ ਪਹੁੰਚਾ ਦਾਂਗਾ, ਪਿੰਡ ਪਹੁੰਚਾ ਦਾਂਗਾ। ਇੱਥੇ ਵਾਲੇ ਕਹਿੰਦੇ ਨੇ ਸਾਨੂੰ ਤੁਹਾਡੇ ਚੈਂਬਰ ਦਾ ਪਤਾ ਵੇ, ਟੈਲੀਫੋਨ ਨੰਬਰ ਸਾਡੇ ਕੋਲ ਹੈ ਵੇ, ਅਸੀਂ ਤੁਹਾਨੂੰ ਕਿਹੜਾ ਨਾ ਜੀ ਤੁਹਾਡਾ ਜਿਵੇਂ ਵੀ ਆਉਂਦੀ ਹੈਗੀ ਡਾਕ ਜਾਂ ਕਹਿ ਲਓ ਜਾਂ ਮੇਲ ਕਹਿ ਲਓ ਜਾਂ ਜੋ ਵੀ ਉਹਨੂੰ ਤੁਸੀਂ ਕਹਿਣਾ ਵੇ ਉਹ ਅਸੀਂ ਤੁਹਾਡੇ ਪਹੁੰਚਾ ਦਾਂਗੇ। ਹੁਣ ਗੱਲ ਸਿਰਫ ਇੰਨੀ ਹੈਗੀ ਕਿ ਇਹ ਐਡਾ ਵੱਡਾ ਇਦਾਰਾ ਯੂਟਿਊਬ ਕਿ ਇੰਨਾ ਅਸੀਂ ਤੁਸੀਂ ਯੂਟਿਊਬ ਚੈਨਲ ਬਣਾਉਂਦੇ ਹੋ
ਅਤੇ ਯੂਟਿਊਬ ਵਾਲੇ ਕਿਹੜੇ ਨਾ ਉਹਦੇ 'ਤੇ ਐਡ ਆਉਣੀ ਸ਼ੁਰੂ ਹੋ ਜਾਂਦੀ। ਉਸ ਐਡ ਦਾ ਕੋਈ ਹਿਸਾਬ ਨਹੀਂ, ਕੋਈ ਕਿਤਾਬ ਨਹੀਂ ਹੈਗਾ, ਉਹ ਆਪਣੇ ਹੀ ਕਮਾਉਂਦਾ ਵੇ ਅਤੇ ਆਪੇ ਹੀ ਖਾਂਦਾ ਅਤੇ ਆਪੇ ਸਭ ਕੁਛ ਹੈਗਾ। ਕਦੋਂ ਤੁਹਾਡੇ 'ਤੇ ਮੋਨੀਟਾਈਜ਼ ਤੁਸੀਂ ਹੁੰਦੇ ਹੋ ਜੀ 55% ਜੀ ਤੁਹਾਡਾ ਜੀ, 45% ਯੂਟਿਊਬ ਦਾ, ਚਲੋ ਹੋ ਗਿਆ। ਅੱਛਾ ਫਿਰ ਕੀ ਜੀ, ਐਡ ਕਿਹੜੀ ਹੈਗੀ ਉਹ ਸਬ ਕੋਂਟੀਨੈਂਟ 'ਚੋਂ ਉੱਥੋਂ ਹੋਏਗੀ, ਲੋਕ ਦੇਖਣਗੇ ਅਤੇ ਫਿਰ ਤੁਹਾਨੂੰ ਕਿਹੜਾ ਵੇ ਥੋੜ੍ਹੇ ਪੈਸੇ ਮਿਲਣਗੇ। ਅਮਰੀਕਾ ਯੂਰਪ ਵਾਲੇ ਕਿਹੜੇ ਹੋਣਗੇ ਜੀ, ਅਤੇ ਉਹ ਜ਼ਿਆਦਾ ਤੁਹਾਨੂੰ ਮਿਲਣਗੇ। ਕੀ ਜ਼ਿਆਦਾ ਮਿਲਣੇ, ਕੀ ਥੋੜ੍ਹੇ ਮਿਲਣੇ, ਕੁਛ ਵੀ ਨਹੀਂ ਹੈਗਾ। ਐਵੇਂ ਬੰਦਾ ਲੱਗਿਆ ਹੋਇਆ ਕਿ ਸ਼ਾਇਦ ਕੋਈ ਕਲਿੱਕ ਕਰ ਜਾਵੇ, ਸ਼ਾਇਦ ਕੋਈ ਕਲਿੱਕ ਕਰ ਜਾਵੇ, ਉਹ ਕਿਸਮੋਂ ਕੱਦਰ ਵਾਲਿਆਂ ਦੀ ਕਰਦੀ ਹੈਗੀ। ਹੁਣ ਮਕਸਦ ਸਿਰਫ ਇੰਨਾ ਵੇ ਕਿ 8 ਜੂਨ ਤੋਂ ਇੱਕ ਤਾਂ ਗਰਮੀ ਬਹੁਤ ਸੀ, ਦੂਸਰਾ ਹੈ ਕਿਹੜਾ ਵੇ ਐਡ ਆ ਨਹੀਂ ਬੰਦ ਹੋ ਗਈ। ਉਹ ਦਿਲ ਹੀ ਨਹੀਂ ਕਰਦਾ ਹੈਗਾ ਕੋਈ ਕਿੰਨਾ ਜਾ ਕੇ ਕਿਤੇ ਕੋਈ ਇੰਟਰਵਿਊ ਕਰੀਏ, ਕਿਸੇ ਬਾਬੇ ਨੂੰ ਮਿਲੀਏ, ਜਾਂ ਕੋਈ ਕੋਈ ਬਿਲਡਿੰਗਸ ਦੇਖੀਏ ਪੁਰਾਣੀਆਂ ਕਿਹੜੀਆਂ ਨੇ, ਕੋਈ ਪਾਰਟੀਸ਼ਨ ਦੀ ਕੋਈ ਸਟੋਰੀ ਕਰੀਏ, ਅਤੇ ਮੈਨੂੰ ਨਾ ਕੋਈ ਗਾਈਡ ਕਰੇ ਕਿ ਮੈਂ ਕੀ ਕਰਾਂ। ਮੈਨੂੰ ਨਹੀਂ ਸਮਝ ਆਉਂਦੀ ਹੈਗੀ ਹੈ ਕਿਹੜਾ ਨਾ ਕਿ ਯੂਟਿਊਬ ਵਾਲੇ ਇੰਨਾ ਫਾਸਟ ਸਿਸਟਮ ਹੋ ਗਿਆ ਹੋਇਆ ਵੇ ਕਿ 15 ਦਿਨ ਹੋ ਗਏ ਨੇ ਉਹ ਸਿੰਗਾਪੁਰ ਤੋਂ ਉਹਨਾਂ ਨੇ ਕੀਤਾ ਵੇ, ਪੋਸਟ ਕੀਤੀ ਹੈਗੀ, ਕਿੱਥੋਂ ਵੀ ਕੀਤੀ ਹੈਗੀ, ਅਮਰੀਕਾ 'ਚੋਂ, ਬ੍ਰਾਜ਼ੀਲ, ਕਿਤੋਂ ਵੀ ਕਰਨ ਨਾ, ਉਹ 4-5 ਦਿਨ ਬਾਅਦ ਕਿਹੜੀਆਂ ਨੇ ਤੁਹਾਡੇ ਕੋਲ ਥੱਕ ਪਹੁੰਚ ਜਾਂਦਾ ਹੈਗਾ, ਸਿਸਟਮ ਇੰਨਾ ਤੇਜ਼ ਹੋ ਗਿਆ। ਇਹ ਅਜੇ 5 ਮਹੀਨੇ ਵੈਸੇ ਉਹ ਕੀਤਾ, 5 ਮਹੀਨਿਆਂ ਬਾਅਦ ਯਾਦ ਆਇਆ ਯੂਟਿਊਬ ਨੂੰ, ਉਹ ਇਹਦਾ ਬੰਦੇ ਦਾ ਐਡਰੈਸ ਹੀ ਵੈਰੀਫਾਈ ਨਹੀਂ ਹੋਇਆ। ਉਹ ਚੰਗਾ ਐਡਰੈਸ ਵੈਰੀਫਾਈ ਕਰਨਾ ਵੀ 5 ਮਹੀਨਿਆਂ ਬਾਅਦ, ਉਹ 8 ਜੂਨ ਤੋਂ ਹੁਣ 9 ਜੂਨ ਮਹੀਨਾ ਆਇਆ ਕਿ ਉਹ ਇਹ ਹੋ ਗਿਆ, 26 ਤੋਂ 15 ਦਿਨਾਂ 2 ਹਫ਼ਤੇ ਆਹ ਹੋ ਗਿਆ, ਔਰ ਉਹ ਅਜੇ ਤੱਕ ਨਹੀਂ ਮੈਨੂੰ ਗੂਗਲ ਅਕਾਊਂਟ ਉਹ ਕਿਹੜਾ ਪਿੰਨ ਹੈਗਾ ਨਹੀਂ ਮਿਲਿਆ ਹੈਗਾ। ਲਿਹਾਜ਼ਾ ਉਹ ਮੈਨੂੰ ਕੋਈ ਗਾਈਡ ਕਰੇ ਜੀ ਕਿ ਮੈਂ ਕੀ ਕਰਾਂ। ਯਾਰ ਬਿਲਕੁਲ ਛੱਡ ਦੇਈਏ, ਉਹ ਛੱਡਣ ਨੂੰ ਵੀ ਦਿਲ ਨਹੀਂ ਕਰਦਾ ਕਿ ਇੰਨੀ ਮਿਹਨਤ ਦੇ ਨਾਲ ਸਰਦੀਆਂ ਗਰਮੀਆਂ ਨਾਸ ਭੱਜ ਕਰਕੇ ਇਹ ਸਾਰਾ ਇਹਦੀ ਕਿਹੜੀ ਰਿਕੁਆਇਰਮੈਂਟ ਜੋ ਪੂਰੀ ਕੀਤੀ, ਇਹਦੀ ਮੋਨੀਟਾਈਜ਼ ਹੋ ਗਿਆ ਜੀ, ਹੁਣ ਅਸੀਂ ਖੁਸ਼ ਲੁੱਡੀਆਂ ਪਾਉਂਦੇ ਸੀ, ਲੱਖਾਂ ਕਮਾਵਾਂਗੇ ਜੀ, ਇੰਜ ਕਰਾਂਗੇ ਉਹ ਕਰਾਂਗੇ, ਉਹ ਪਤਾ ਚੱਲਿਆ ਜੀ ਕਿ 1K ਹੋਏਗਾ ਅਤੇ ਉਹ $1 ਵੀ ਤੁਹਾਨੂੰ ਨਹੀਂ ਮਿਲਣਾ ਹੈਗਾ, ਉਹਦੇ 'ਚ ਜਿਹੜੀ ਤੁਹਾਡੀ ਪਰਸੈਂਟੇਜ ਹੈਗੀ ਉਹ ਤੁਹਾਨੂੰ ਮਿਲੇਗੀ, ਤਾਂ ਪਤਾ ਨਹੀਂ ਕਦੋਂ ਮਿਲੇਗੀ। ਅਤੇ ਇਹ ਮੈਨੂੰ ਜ਼ਰੂਰ ਗਾਈਡ ਕਰਨਾ ਜੀ, ਇਹ ਮੇਰੇ ਯਾਰ ਸੱਜਣ ਕਿਹੜੇ ਨੇ, ਕੋਈ ਯੂਟਿਊਬਰਸ ਨੇ ਜਾਂ ਕੋਈ ਮੇਰੇ ਚੈਨਲ ਦੇਖਣ ਵਾਲੇ ਕਿਹੜੇ ਨੇ, ਇਹ ਮੈਨੂੰ ਕਿਹੜਾ ਨਾ ਗਾਈਡ ਕਰਨਾ। ਸ਼ੁਕਰੀਆ ਜੀ।